ਗੁੱਡ ਮਾਰਨਿੰਗ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਕਿਵੇਂ ਹੋ ਸਾਰੇ? ਅਤੇ ਅੱਜ ਮੈਂ ਜਾ ਰਹੀ ਹਾਂ ਆਪਣੇ ਪਿੰਡ, ਕਿਉਂਕਿ ਉੱਥੇ ਅੱਜ ਬਰਥਡੇ ਮੇਰੇ ਛੋਟੇ ਜਿਹੇ ਭਰਾ ਦਾ, ਅਤੇ ਉਹਦਾ ਤੁਹਾਨੂੰ ਅੱਜ ਪੂਰਾ ਵਲੌਗ ਦਿਖਾਵਾਂਗੇ। ਨਾਲ ਸਾਰੇ ਮੈਨੂੰ ਕਹਿ ਦਿੰਦੇ ਆ ਕਿ ਮਣੀ ਆਪਣੇ ਪੇਕਿਆਂ ਨਾਲ ਇੰਟਰੋਡਕਸ਼ਨ ਨਹੀਂ ਕਰਵਾਉਂਦੀ ਹੈਗੀ। ਅਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀ ਮੰਮੀ ਨਾਲ, ਦਾਦੀ ਨਾਲ, ਚਾਚੀ ਨਾਲ, ਜਿੰਨੇ ਵੀ ਫੈਮਿਲੀ ਮੈਂਬਰ ਆ ਸਾਰਿਆਂ ਨਾਲ ਮਿਲਾਵਾਂਗੀ, ਠੀਕ ਆ ਜੀ? ਅਤੇ ਤੁਹਾਨੂੰ ਮਿਲਦੇ ਆ ਫਿਰ। ਲਓ ਜੀ, ਹੁਣ ਹੋ ਗਈ ਸਾਡੀ ਤਿਆਰੀ ਅਤੇ ਅਸੀਂ ਹੋ ਗਿਆ ਰੈਡੀ, ਅਤੇ ਮੈਂ ਚੱਲੀ ਹਾਂ ਪਿੰਡ, ਅਤੇ ਮੇਰੇ ਨਾਲ ਸਤਿ ਸ਼੍ਰੀ ਅਕਾਲ ਬਲਾਗੋ, ਹੋਰ ਕਿਵੇਂ? ਸਤਿ ਸ਼੍ਰੀ ਅਕਾਲ ਜੀ। ਅਤੇ ਸਹਿਜ ਚੱਲਿਆ ਸਹੁਰਿਆਂ ਨੂੰ, ਹੈ ਨਾ ਸਹਿਜ? ਚਲੋ ਜੀ, ਜਾ ਕੇ ਫਿਰ ਮਿਲਦੇ ਹਾਂ ਉੱਥੇ ਸਾਰਿਆਂ ਨੂੰ, ਅਤੇ ਤੁਹਾਨੂੰ ਸਾਰਾ ਵਲੌਗ ਦੱਸਾਂਗੇ ਅੱਜ ਦਾ, ਕੀ ਕੀਤਾ ਅਸੀਂ, ਕਿੱਥੇ ਕਿੱਥੇ ਗਏ, ਕਿ ਕਿਉਂ ਚੱਲੇ ਆ, ਤੇ ਕਿਉਂ ਚੱਲੇ ਆ, ਰੀਜ਼ਨ ਕੀ ਆ? ਨਹੀਂ, ਮੈਂ ਤੇ ਰਾਹ ਚ ਉੱਤਰ ਜਾਣਾ, ਤੁਸੀਂ ਵੀ ਚੱਲੋ ਨਾਲ ਹੀ। ਬਸ 1-2 ਘੰਟੇ ਦਾ ਕੰਮ ਆ ਸਾਨੂੰ, ਉਹ ਕਰਕੇ ਫਿਰ ਅਸੀਂ ਵਾਪਸ ਆ ਜਾਣਾ ਆ, ਤੇ ਫਿਰ ਤੁਹਾਨੂੰ ਮਿਲਦੇ ਆ ਹੁਣ ਜਾ ਕੇ। ਅੱਜ ਬਹੁਤ ਸੋਹਣਾ ਵੈਦਰ ਆ, ਅੱਜ ਆਹ ਦੇਖੋ ਕਿੰਨਾ ਪਾਣੀ ਬਾਹਰ। ਮੈਨੂੰ ਤੇ ਅੱਜ ਬਹੁਤ ਵਧੀਆ ਲੱਗਣ ਡਿਆ, ਕੱਲ ਤੇ ਬਹੁਤ ਗਰਮੀ, ਇੰਨੀ ਗਰਮੀ ਕਿ ਲੱਗਦਾ ਨੀ ਕਿ ਮੀਂਹ ਪਊਗਾ, ਪਰ ਪੈ ਗਿਆ, ਤੇ ਸਾਰਾ ਕੁਛ ਬੜਾ ਵਧੀਆ ਲੱਗਣ ਡਿਆ। ਮੈਂ ਤੁਹਾਨੂੰ ਦਿਖਾਉਂਦੀ ਹਾਂ ਬਾਹਰ ਦਾ, ਬਾਰਿਸ਼ ਹੋਈ ਆ ਤੇ ਪਾਣੀ ਪਾਣੀ ਹੋਇਆ ਪਿਆ ਆ, ਬਹੁਤ ਸੋਹਣਾ ਲੱਗਦਾ ਪਿਆ ਸਾਰਾ ਕੁਛ ਦੇਖੋ। ਬਾਰਿਸ਼ ਕੀ ਬੂੰਦੇ, ਅਸੀਂ ਪਹੁੰਚ ਗਏ ਹਰਚੋਵਾਲ ਦੀ ਗਲੀਆਂ ਵਿੱਚ, ਨੇ ਸੜਕਾਂ ਦੇ, ਤੇ ਬਾਰਿਸ਼ ਦਾ ਮੌਸਮ ਬਹੁਤ ਸੋਹਣਾ ਬਣਿਆ। ਤੇ ਜੀ ਹਾਂਜੀ, ਕਿੰਨਾ ਕੁ ਚਾਹ ਸਹੁਰੇ ਪੇਕੇ ਜਾਣ ਦਾ, ਮੇਰੇ ਸਹੁਰੇ ਜਾਣ ਦਾ ਚਾਹ ਕਿੰਨਾ ਦੱਸ? ਮੈਨੂੰ ਇੰਨਾ ਚਾਹ ਪੇਕੇ ਜਾਣ ਦਾ ਨਹੀਂ ਜਿੰਨਾ ਚਾਹ ਮੈਨੂੰ, ਮੇਰੇ ਸਹੁਰੇ ਜਾਣ ਦਾ ਕਿੰਨਾ ਚਾਹ ਦੱਸ? ਤੂੰ ਮੇਰੇ ਸਹੁਰੇ ਚੱਲੀ ਆ? ਹਾਂ, ਤੁਹਾਡੇ ਸਹੁਰੇ, ਤੁਹਾਨੂੰ ਅੱਜ ਸਹੁਰੇ ਲੈ ਕੇ ਚੱਲੀ ਮੈਂ, ਵੇਖ ਲਓ। ਮੈਂ ਤੇਰੇ ਸਹੁਰੇ ਚੱਲਿਆ, ਮੈਂ ਸਹੁਰੇ ਰਹਿੰਦੀ ਮੈਂ ਤੁਹਾਨੂੰ ਸਹੁਰੇ ਲੈ ਕੇ ਚੱਲੀ। ਨਹੀਂ, ਮੈਂ ਉੱਤਰ ਜਾ, ਨਹੀਂ ਇੱਕ ਮਿੰਟ, ਤੂੰ ਹੁਣ ਮੇਰੇ ਸਹੁਰੇ ਚੱਲੀ ਆ, ਸ਼ਾਮ ਨੂੰ ਮੈਂ ਤੇਰੇ ਸਹੁਰੇ ਜਾਣਾ, ਠੀਕ ਹੈ ਨਾ? ਆਪੋ ਆਪਣੇ ਘਰੇ ਨਹੀਂ ਜਾਣਾ ਸੀ। ਸਹੀ ਗੱਲ ਆ। ਹਾਂਜੀ, ਤੁਸੀਂ ਦੱਸੋ ਹੁਣ। ਮੈਂ ਉੱਤਰ ਜਾ, ਇਹਨੂੰ ਮੈਂ ਕਾਦੀਆ ਰਾਹ ਤਾਰਨਾ ਸੀ, ਪਰ ਬ੍ਰੇਕ ਮੇਰੇ ਤੋਂ ਲੱਗੀ ਨੀ, ਪਤਾ ਨੀ ਕੀ ਹੈਗਾ ਇਹ ਬੰਦਾ ਨਾ। ਚਲੋ ਜੀ, ਤੇ ਆਪਾਂ ਕੇਕ ਲੈ ਲਿਆ ਵਾ, ਟੋਪੀ ਵੀ ਲੈ ਲਈ ਆ, ਤੇ ਹੁਣ ਚੱਲੀਏ ਆਪਾਂ ਘਰ ਬਸ। ਚਲੋ ਜੀ, ਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਉੱਥੇ ਦਾ ਮਾਹੌਲ, ਨਾਲੇ ਮਣੀ ਦੇ ਮੰਮਾ ਨੂੰ ਮਿਲਾਵਾਂਗੇ, ਨਾਲੇ ਦਾਦੀ ਜੀ ਨੂੰ, ਨਾਲੇ ਹੋਮ ਟੂਰ ਵਿੱਚ ਕਰ ਦਾਂਗੇ ਹੋਇਆ ਤੇ, ਸਰਪੰਚ ਵੀ ਜੇ ਮਿਲ ਗਿਆ ਹੁਣ ਵੀ, ਲੰਬੜਦਾਰ ਸਰਪੰਚ ਸਾਰਿਆਂ ਨੂੰ ਮਿਲਾਵਾਂਗੇ, ਚੌਂਕੀਦਾਰ ਬਣੇ ਰਹੋ। ਤਰਾਕ ਲੈ ਕੇ ਜਾਣ ਦੀ ਤੂੰ, ਗਿਣ ਗਿਣ ਬਦਲੇ ਲੈਣੇ ਮੈਂ, ਗਲੀ ਖਰਾਬ ਹੀ ਸਾਡਾ, ਥੋੜੀ ਕਸੂਰ ਗਲੀ ਬਣਾਓ, ਪਤਾ ਜੀਜੇ ਨੇ ਆਉਣਾ, ਗਲੀ ਪਹਿਲਾਂ ਕਿਉਂ ਨਹੀਂ ਬਣਾ ਕੇ ਰੱਖੀ, ਪਹਿਲਾਂ ਕਿਉਂ ਨਹੀਂ ਗਲੀ ਬਣਾ ਕੇ ਰੱਖੀ, ਸਾਈਕਲ ਹੀ ਲਾ ਦਿਓ ਅੱਗੇ, ਉਹ ਆ ਗਿਆ ਸਾਹਮਣੇ ਘਰ। ਹਾਂਜੀ, ਕਿੱਦਾਂ ਫਿਰ, ਕਿਵੇਂ ਦੇ ਲੱਗ ਰਿਹਾ ਹੈ, ਠੀਕ ਠਾਕ? ਕੋਈ ਨਹੀਂ, ਆਪਣੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੱਭ ਲਈ ਨਾ ਆਪਣੀ ਜਗ੍ਹਾ। ਅੱਛਾ, ਇਹ ਆ ਬਰਥਡੇ ਬੋਏ, ਹੈਪੀ ਬਰਥਡੇ ਭਾਜੀ, ਹੈਪੀ ਰਾਈਟ ਸਾਈਡ, ਉਹ ਵਾਲੇ ਹੱਥ ਨਾਲ ਪਬਜੀ ਚੱਲਣ ਦੀ, ਪਬਜੀ, ਅੱਛਾ ਫ੍ਰੀ ਫਾਇਰ ਆ। ਚਲੋ ਚੱਲੇ, ਹੋਏ ਹੋਏ ਪੂਰਾ। ਹੈਲੋ ਗਾਈਜ਼, ਗਾਈਜ਼ ਇਸ ਸਰਪ੍ਰਾਈਜ਼ ਹੈ, ਇਹ ਨਹੀਂ ਖੋਲਣਾ, ਤਿਆਰੀਆਂ ਹੋ ਰਹੀਆਂ ਬਰਥਡੇ ਦੀਆਂ, ਬਰਥਡੇ ਬੋਏ, ਕਿੱਦਾਂ ਫਿਰ, ਕਿੰਨੇ ਸਾਲਾਂ ਦਾ ਹੋਣਾ? ਅੱਛਾ, 9 ਲੱਗ ਗਿਆ ਆ, ਓਕੇ। ਇੱਧਰ ਮਿਲੋ ਦਾਦੀ ਨੂੰ, ਥੈਂਕ ਯੂ ਬੀਬੀ ਨੇ ਇੱਕ ਵਾਰੀ ਵੀਡੀਓ ਚ ਕਿਹਾ ਸੀ, ਥੈਂਕ ਯੂ ਬੀਬੀ, ਕਹੀ ਫਿਰ
क्यों फिर एक बारी बर्थडे बॉय किदां दा लगदा पिया एकदम कैंट एकदम कैंट मेरी टी-शर्ट टी-शर्ट सोहनी पाई आ वधिया चलो आप देखिए अंदर गंजा बर्थडे बॉय गंजा बर्थडे बॉय आखो गंजा बर्थडे बॉय फिर लोड़ा वा सहज पूरी जिन्नी ताड़ी हाइट होना होना ही ओके चलो लाओ लाओ रोज फोन ला गए दीदी अज इन्ने दिन रह गए बर्थडे च अज इन्ने दिन रह गए जोन किथे आ कोठे ते सारे जवान जवान जी बच बुढ़ी आई की सारी मिस्त्रियां ने करती मिंटो मिंट मिस्त्री की हो गया गुस्सा मरते गुस्सा कर रही है मैं फोन नहीं आज आज नहीं गुस्सा करना भाई आज आज बर्थडे बॉय है मैं कह टेबल पे लगने हैं बर्थडे बॉय स्माइल बस बस वेरी नाइस सोहनी लगी डेकोरेशन है ना Thank you.
ਬਰਥਡੇ ਬੋਏ ਲੋ ਜੀ ਬਰਥਡੇ ਮਨਾਇਆ ਗਿਆ ਆ ਤੇ ਸਾਰੇ ਜਣੇ ਖਾ ਪੀ ਕੇ ਵਿਹਲੇ ਹੋ ਕੇ ਬਹਿ ਗਏ ਆ ਕਿਵੇਂ ਦਾ ਲੱਗਾ ਸਾਰਿਆਂ ਨੂੰ ਚਲੀਏ ਚਲੋ ਤੁਸੀਂ ਵੀ ਬੀਬੀ ਵਾਂਗੂ ਜਵਾਨ ਹੋ ਗਏ ਮੈਂ ਕੱਟਾ ਕਮਰਾ ਕਰਾਂਗਾ